ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਦੋਸਤੋ ਕਿਵੇਂ ਆ ਠੀਕ ਠਾਕ ਹੋ ਤੇ ਅੱਜ ਲਾਉਣਾ ਆਪਾਂ ਅਖਾੜਾ ਦਿਹਾੜੀ ਲਾਉਣੀ ਅੱਜ ਸੰਗਰੂਰ ਤੇ ਸੰਗਰੂਰ ਬਹੁਤ ਪਿਆਰਾ ਜ਼ਿਲ੍ਹਾ ਤੇ ਬਸ ਫਿਰ ਸ਼ੋਅ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਖੂਬਸੂਰਤ ਨਜ਼ਾਰੇ ਕੁਛ ਵਧੀਆ ਕੋਈ ਖੇਤ ਵਾਹਣ ਦਿਸਣ ਅਤੇ ਉੱਥੇ ਬੈਠ ਕੇ ਕੁਦਰਤ ਨਾਲ ਥੋੜ੍ਹਾ ਜਿਹਾ ਆਨੰਦ ਲਈਦਾ ਦਿਮਾਗ ਨੂੰ ਤਰੋ ਤਾਜ਼ਾ ਕਰੀਦਾ ਉਦੋਂ ਬਾਅਦ ਫਿਰ ਪ੍ਰੋਗਰਾਮ ਅਤੇ ਅੱਜ ਸਾਨੂੰ ਇੰਨਾ ਵਧੀਆ ਮਾਹੌਲ ਮਿਲਿਆ ਦੇਖੋ ਇੱਧਰ ਹਰਿਆਵਲੀ ਹਰਿਆਵਲ ਅਤੇ ਸਾਹਮਣੇ ਕਮਾਲ ਦਾ ਕਮਾਦ ਆ ਜੀ ਅਤੇ ਗੰਨੇ ਵੀ ਥੋੜ੍ਹੇ ਜਿਹੇ ਇੱਥੋਂ ਅੱਜ ਦੌੜਾਂਗੇ ਜ਼ਿਆਦਾ ਨਹੀਂ ਬਸ ਥੋੜ੍ਹੇ ਜਿਹੇ ਪੰਜ ਸੱਤ ਗੰਨੇ ਇੱਥੋਂ ਪੱਟਾਂਗੇ ਕਿਉਂਕਿ ਕਮਾਦ ਬਹੁਤ ਵਧੀਆ ਹੈ ਅਤੇ ਬਸ ਖਾਣ ਪਾਣੀ ਮਾੜਾ ਥੋੜ੍ਹਾ ਜਿਹਾ ਨਾਲ ਰੱਖੀਦਾ ਕਿਉਂਕਿ ਮੈਂ ਬਿਲਕੁਲ ਜਿਹੜਾ ਘਰ ਦਾ ਦੇਸੀ ਖਾਣਾ ਖਾਂਦਾ ਜੀ ਅਤੇ ਭਰਾਵਾ ਇਹ ਵੀ ਭੁਲੇਖੇ 'ਚ ਨਾ ਰਹੋ ਵੀ ਪਤਾ ਨਹੀਂ ਮੇਰੇ ਗਲਾਸਾਂ 'ਚ ਕੀ ਹੁੰਦਾ ਮੈਂ ਤਾਂ ਚਾਹ ਪਾਣੀ ਦੁੱਧ ਲੱਸੀ ਬਸ ਇਹੀ ਮੇਰੀਆਂ ਖੁਰਾਕਾਂ ਨੇ ਸਿੰਪਲ ਖਾਣਾ ਸਿੰਪਲ ਸਥਿਤੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤੀ ਅਤੇ ਤੰਦਰੁਸਤੀ ਉਹਦੇ ਵਿੱਚ ਦਿਲ ਨੂੰ ਖੂਬਸੂਰਤ ਰੱਖਿਆ ਕਰੋ ਬਲਹਾਰੀ ਕੁਦਰਤ ਵਸਿਆ ਸੋ ਜਦ ਦਿਲ ਖੁਸ਼ ਹੈ ਤਾਂ ਜੱਗ ਸੋਹਣਾ ਸੋਹਣਾ ਲੱਗਦਾ ਹੈ ਕੁਦਰਤ ਹੁੰਦੀ ਆਪਣੇ ਅੰਦਰ ਦਾ ਪਰਛਾਵਾਂ ਇੱਥੋਂ ਖੂਬਸੂਰਤ ਹੋਈ ਹੈ ਜੀ ਬਾਕੀ ਜਿਹੜੀ ਖੂਬਸੂਰਤੀ ਆ ਉਹ ਸਭ ਆਉਂਦੀ ਆ ਜਾਂਦੀ ਆ ਬੰਦਾ ਦਿਲ ਤੋਂ ਖੂਬਸੂਰਤ ਹੋਵੇ ਸੋ ਬੜੀ ਮਿਹਰਬਾਨੀ ਗਾਣਿਆਂ ਨੂੰ ਪਿਆਰ ਦਿੱਤਾ ਤੁਸੀਂ ਚਾਰ ਗਾਣੇ ਆਏ ਅਵਕਾਸ਼ ਦਾ ਗਾਣਾ ਆਇਆ ਹੁਣ ਬਹੁਤ ਜਲਦੀ ਤੁਹਾਨੂੰ ਇੱਕ ਹੋਰ ਜਿਹੜਾ ਬਹੁਤ ਹੀ ਪਿਆਰਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਫਰਜ਼ ਆ ਡਿਊਟੀ ਆ ਮੈਂ ਜਲਦੀ ਉਹ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰੂੰ ਅਤੇ ਫਿਰ ਜਨਵਰੀ ਦੇ ਵਿੱਚ ਐਲਬਮ ਦੇ ਬਾਕੀ ਚਾਰ ਗਾਣੇ ਜਿਉਂਦੇ ਵਾਸਤੇ ਰਹੋ ਆਪਣਾ ਖਿਆਲ ਰੱਖੋ ਖੁਸ਼ ਰਿਹਾ ਕਰੋ ਬਾਕੀ ਜ਼ਿੰਦਗੀ ਤਾਂ ਥੋੜ੍ਹਾ ਬਹੁਤਾ ਅਪਸ ਐਂਡ ਡਾਊਨਸ ਉਹ ਲਾਈਫ 'ਚ ਚੱਲਦੀਆਂ ਰਹਿਣੀਆਂ ਖੁਸ਼ ਰਿਹਾ ਕਰੋ ਆਪਣਾ ਖਿਆਲ ਰੱਖਿਓ ਲਵ ਯੂ ਲਾਟ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਦੋਸਤੋ ਕਿਵੇਂ ਆ ਠੀਕ ਠਾਕ ਹੋ ਅਤੇ ਅੱਜ ਲਾਉਣਾ ਆਪਾਂ ਅਖਾੜਾ ਦਿਹਾੜੀ ਲਾਉਣੀ ਅੱਜ ਸੰਗਰੂਰ ਅਤੇ ਸੰਗਰੂਰ ਬਹੁਤ ਪਿਆਰਾ ਜ਼ਿਲ੍ਹਾ ਅਤੇ ਬਸ ਫਿਰ ਸ਼ੋਅ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਖੂਬਸੂਰਤ ਨਜ਼ਾਰੇ ਕੁਛ ਵਧੀਆ ਕੋਈ ਖੇਤ ਵਾਹਣ ਦਿਸਣ ਅਤੇ ਉੱਥੇ ਬੈਠ ਕੇ ਕੁਦਰਤ ਨਾਲ ਥੋੜ੍ਹਾ ਜਿਹਾ ਆਨੰਦ ਲਈਦਾ ਦਿਮਾਗ ਨੂੰ ਤਰੋ ਤਾਜ਼ਾ ਕਰੀਦਾ ਉਦੋਂ ਬਾਅਦ ਫਿਰ ਪ੍ਰੋਗਰਾਮ ਅਤੇ ਅੱਜ ਸਾਨੂੰ ਇੰਨਾ ਵਧੀਆ ਮਾਹੌਲ ਮਿਲਿਆ ਦੇਖੋ ਇੱਧਰ ਹਰਿਆਵਲੀ ਹਰਿਆਵਲ ਅਤੇ ਸਾਹਮਣੇ ਕਮਾਲ ਦਾ ਕਮਾਦ ਆ ਜੀ ਅਤੇ ਗੰਨੇ ਵੀ ਥੋੜ੍ਹੇ ਜਿਹੇ ਇੱਥੋਂ ਅੱਜ ਦੌੜਾਂਗੇ ਜ਼ਿਆਦਾ ਨਹੀਂ ਬਸ ਥੋੜ੍ਹੇ ਜਿਹੇ ਪੰਜ ਸੱਤ ਗੰਨੇ ਇੱਥੋਂ ਪੱਟਾਂਗੇ ਕਿਉਂਕਿ ਕਮਾਦ ਬਹੁਤ ਵਧੀਆ ਹੈ ਅਤੇ ਬਸ ਖਾਣ ਪਾਣੀ ਮਾੜਾ ਥੋੜ੍ਹਾ ਜਿਹਾ ਨਾਲ ਰੱਖੀਦਾ ਕਿਉਂਕਿ ਮੈਂ ਬਿਲਕੁਲ ਜਿਹੜਾ ਘਰ ਦਾ ਦੇਸੀ ਖਾਣਾ ਖਾਂਦਾ ਜੀ ਅਤੇ ਭਰਾਵਾ ਇਹ ਵੀ ਭੁਲੇਖੇ 'ਚ ਨਾ ਰਹੋ ਵੀ ਪਤਾ ਨਹੀਂ ਮੇਰੇ ਗਲਾਸਾਂ 'ਚ ਕੀ ਹੁੰਦਾ ਮੈਂ ਤਾਂ ਚਾਹ ਪਾਣੀ ਦੁੱਧ ਲੱਸੀ ਬਸ ਇਹੀ ਮੇਰੀਆਂ ਖੁਰਾਕਾਂ ਨੇ ਸਿੰਪਲ ਖਾਣਾ ਸਿੰਪਲ ਸਥਿਤੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤੀ ਅਤੇ ਤੰਦਰੁਸਤੀ ਉਹਦੇ ਵਿੱਚ ਦਿਲ ਨੂੰ ਖੂਬਸੂਰਤ ਰੱਖਿਆ ਕਰੋ ਬਲਹਾਰੀ ਕੁਦਰਤ ਵਸਿਆ ਸੋ ਜਦ ਦਿਲ ਖੁਸ਼ ਹੈ ਤਾਂ ਜੱਗ ਸੋਹਣਾ ਸੋਹਣਾ ਲੱਗਦਾ ਹੈ ਕੁਦਰਤ ਹੁੰਦੀ ਆਪਣੇ ਅੰਦਰ ਦਾ ਪਰਛਾਵਾਂ ਇੱਥੋਂ ਖੂਬਸੂਰਤ ਹੋਈ ਹੈ ਜੀ ਬਾਕੀ ਜਿਹੜੀ ਖੂਬਸੂਰਤੀ ਆ ਉਹ ਸਭ ਆਉਂਦੀ ਆ ਜਾਂਦੀ ਆ ਬੰਦਾ ਦਿਲ ਤੋਂ ਖੂਬਸੂਰਤ ਹੋਵੇ ਸੋ ਬੜੀ ਮਿਹਰਬਾਨੀ ਗਾਣਿਆਂ ਨੂੰ ਪਿਆਰ ਦਿੱਤਾ ਤੁਸੀਂ ਚਾਰ ਗਾਣੇ ਆਏ ਅਵਕਾਸ਼ ਦਾ ਗਾਣਾ ਆਇਆ ਹੁਣ ਬਹੁਤ ਜਲਦੀ ਤੁਹਾਨੂੰ ਇੱਕ ਹੋਰ ਜਿਹੜਾ ਬਹੁਤ ਹੀ ਪਿਆਰਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਫਰਜ਼ ਆ ਡਿਊਟੀ ਆ ਮੈਂ ਜਲਦੀ ਉਹ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰੂੰ ਅਤੇ ਫਿਰ ਜਨਵਰੀ ਦੇ ਵਿੱਚ ਐਲਬਮ ਦੇ ਬਾਕੀ ਚਾਰ ਗਾਣੇ ਜਿਉਂਦੇ ਵਾਸਤੇ ਰਹੋ ਆਪਣਾ ਖਿਆਲ ਰੱਖੋ ਖੁਸ਼ ਰਿਹਾ ਕਰੋ ਬਾਕੀ ਜ਼ਿੰਦਗੀ ਤਾਂ ਥੋੜ੍ਹਾ ਬਹੁਤਾ ਅਪਸ ਐਂਡ ਡਾਊਨਸ ਉਹ ਲਾਈਫ 'ਚ ਚੱਲਦੀਆਂ ਰਹਿਣੀਆਂ ਖੁਸ਼ ਰਿਹਾ ਕਰੋ ਆਪਣਾ ਖਿਆਲ ਰੱਖਿਓ ਲਵ ਯੂ ਲਾਟ